लाया वो हजे तक सानू नहीं मिल रहा, नतीजे जड़े वो सफल नहीं हो रहे हैं, तो की लगता है कि आने वाले समय के कि समा जरा होर इदा ही जाऊगा? बोल दे चलो इतना कहने भी साडा हक इत्थे रख, हक लैना है, हक लैने आ ਇਦਾਂ ਨਹੀਂ ਮੁੜਦੇ ਪੈਣੇ, ਸਾਥ ਦਿਓ ਸਾਰੇ, ਸੱਚ ਦਾ ਸਾਥ ਦਿਓ, ਚੰਗਾ ਸਾਥ ਦਿਓ। ਬਹੁਤ ਸਾਰੀਆਂ ਫਿਲਮਾਂ 'ਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਜਿਹੜਾ ਕਿਸਾਨ ਹੈ ਜਾਂ ਫਿਰ ਸਾਡਾ ਨੌਜਵਾਨ ਹੈ ਉਹ ਗਲਤ ਦਿਖਾਇਆ ਜਾਂਦਾ, ਨਸ਼ੇੜੀ ਦਿਖਾਇਆ ਜਾਂਦਾ, ਪਰ ਅੱਜ ਇਸ ਮੋਰਚੇ ਦੇ ਵਿੱਚ ਪਹੁੰਚ ਕੇ ਸਾਨੂੰ ਕਿਤੇ ਵੀ ਇਦਾਂ ਨਹੀਂ ਲੱਗਿਆ ਕਿ ਨੌਜਵਾਨ ਜਿਹੜਾ ਨਸ਼ੇੜੀ ਹੈ। ਹੈ ਹੀ ਨਹੀਂ ਗੇ ਤੇ ਜੇ ਇਹ ਦੇ ਕੇ ਜਾਂਦੇ ਆ, ਇਹ ਵਰਤਾਉਂਦੇ ਸੀ ਇੱਥੇ, ਅਜੇ ਦੇ ਕੇ ਗਿਆ ਕਿਸੇ ਨੂੰ ਐਵੇਂ ਬਸ ਨਾ, ਆਪ ਪਤਾ ਨਹੀਂ ਕਿਹੜੀਆਂ ਸੋਨੇ ਦੀਆਂ ਭਸਮਾਂ ਖਾਂਦੇ ਹੋਣੇ ਆ, ਐਵੇਂ ਥੋੜਾ ਲਿਸ਼ਕਦਾ ਦੇਖਿਆ ਕਿਤੇ ਇਹਨਾਂ ਦੇ ਮੂੰਹ ਕਿੱਦਾਂ ਲਿਸ਼ਕਦੇ ਆ। ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਇਹਨਾਂ ਤੋਂ ਕੋਠੇ ਤੇ ਬਹਿਣ ਵਾਲੀ ਨਹੀਂ ਲਿਸ਼ਕਦੀ। ਜੀ ਬਿਲਕੁਲ ਸਹੀ ਗੱਲ ਜੀ। ਸੋ ਜਿਹੜਾ ਕਿਸਾਨੀ ਮੋਰਚਾ ਆ ਉਹ ਕਾਫੀ ਸਮੇਂ ਤੋਂ ਚੱਲ ਰਿਹਾ ਆ, ਕਿਸਾਨ ਜਿਹੜੇ ਨੇ ਉਹ ਆਪਣੇ ਘਰ ਪਰਿਵਾਰ ਛੱਡ ਕੇ ਇੱਥੇ ਬੈਠੇ ਹੋਏ ਨੇ, ਅੰਦੋਲਨ ਜਾਰੀ ਹੈ, ਤੇ ਪਿੱਛੇ ਅਸੀਂ ਦੇਖਿਆ ਕਿ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਪੂਰਾ ਸਾਥ ਦੇ ਰਹੀਆਂ ਨੇ। ਨਹੀਂ ਅਸੀਂ ਸਾਰੇ ਇੱਕ ਆ, ਮੁੜ ਮੁੜ ਕੇ ਗੱਲਾਂ ਦੁਹਰਾਉਂਦੇ ਨਹੀਂ ਪੈਣੇ, ਅਸੀਂ ਇੱਕ ਆ ਸਾਰੇ ਜੀ। ਔਰ ਦੇਖੋ ਇਹ ਮਰਨ ਮੁਰਨ ਤੋਂ ਨਹੀਂ ਡਰਦੇ, ਨਾ ਮਰਨ ਆਏ ਤੇ ਨਹੀਂ। ਮੈਂ ਆਪਣੀ ਘਰ ਵਾਲੀ ਨੂੰ ਕਿਹਾ, ਮੈਂ ਕਿਹਾ ਚੰਗਾ ਫਿਰ ਭਗਵਾਨ ਜਿਉਂਦੇ ਰਹਾਂਗੇ ਤੇ ਮਿਲਾਂਗੇ ਲੱਖ ਵਾਰੀ, ਕਹਿੰਦੀ ਨਹੀਂ ਤੇ ਫਿਰ ਦਰਗਾਹ 'ਚ ਮਿਲਣਾਗੇ। ਉਹਨੇ ਮੈਂ ਸੋਚਿਆ ਸੀ ਵੇਖੋ ਕਿ ਨਹੀਂ ਕੋਈ ਨਹੀਂ ਤੁਸੀਂ ਆਇਓ, ਕਹਿੰਦੀ ਕੋਈ ਨਹੀਂ ਫਿਰ ਨਹੀਂ ਤਾਂ ਦਰਗਾਹ 'ਚ ਮਿਲਣਾਗੇ। ਇਹ ਸਾਡੀਆਂ ਤਾਂ ਸਿੰਘੜੀਆਂ ਨੇ ਵੀ ਆ ਗੁੱਟ ਤੇ ਗਾਨੇ ਬੰਨ ਕੇ ਤੋਰਿਆ, ਉੱਥੇ ਜਾ ਕੇ ਗਰਜਿਓ ਹੋਣਾ, ਦਵਾਈਆਂ ਦਵਾਈਆਂ ਲੈ ਲਈਏ, ਗਲੇ ਬਹੁਤ ਖਰਾਬ ਹੋ ਗਏ। ਜੀ ਬਿਲਕੁਲ, ਤੁਸੀਂ ਥੋੜਾ ਹੀ ਸਮਾਂ ਲੈਣਾ ਸੀ ਬਸ, ਮੈਂ ਤੁਹਾਡਾ ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। Thank you.